ਅੰਮ੍ਰਿਤਸਰ ਦੇ ਮਾਨਵਾਲਾ ਸਥਿਤ ਕੋਆਪਰੇਟਿਵ ਬੈਂਕ ਨੂੰ ਦੇਰ ਰਾਤ ਦੋ ਨਸ਼ੇੜੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਬੈਂਕ ਦੇ ਤਾਲੇ ਤੋੜ ਬੈਂਕ ਅੰਦਰ ਦਾਖਲ ਹੋਏ ਤੇ ਲੁੱਟ ਦੀ ਕੋਸ਼ਿਸ਼ ਕੀਤੀ। ਲੇਕਿਨ ਇਸ ਤੋਂ ਪਹਿਲਾਂ ਚੋਰ ਫਰਾਰ ਹੁੰਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇੱਕ ਨੌਜਵਾਨ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਮੁਤਾਬਕ ਦੋਨਾਂ ਚੋਰਾਂ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਨੂੰ ਸਿਰੇ 5:16 ਤੇ ਫੋਨ ਆਇਆ ਜਸਵਿੰਦਰ ਸਿੰਘ ਹੋਣਾ ਦਾ, ਐਸਆਈ ਦਾ, ਵੀ ਤੁਹਾਡੀ ਬ੍ਰਾਂਚ ਦੇ ਜਿਹੜੇ ਆ ਤਾਲੇ ਟੁੱਟੇ ਆ ਜੀ। ਠੀਕ ਹੈ ਜੀ। ਅਤੇ ਮੈਂ 5 ਮਿੰਟ 'ਚ ਪਹੁੰਚ ਗਿਆ ਜੀ ਇੱਥੇ, ਆ ਕੇ ਵੇਖਿਆ ਵਾਕਈ ਆ ਬਾਹਰਲੇ ਜਿਹੜੇ ਤਾਲੇ ਸਾਡੇ ਸ਼ਟਰ ਦੇ ਆ ਸਾਰੇ ਟੁੱਟੇ ਸੀਗੇ। ਅੰਦਰ ਆਇਆ ਵੇਖਿਆ ਮੌਕੇ ਦੇ ਉੱਤੇ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਆ। ਹਾਂਜੀ। ਕੈਸ਼ ਸੇਫ ਨੂੰ ਵੀ ਸੇੜਿਆ ਉਹਨਾਂ ਨੇ, ਤੋੜਨ ਦੀ ਕੋਸ਼ਿਸ਼ ਕੀਤੀ ਆ ਜੀ। ਕਿੰਨਾ ਕੈਸ਼ ਜੀ ਵਿੱਚ? ਕੈਸ਼ ਸਾਡੇ ਕੋਲ ਹੈਗਾ ਜੀ 5-6 ਲੱਖ ਰੁਪਈਆ ਸੀਗਾ। ਅੱਛਾ ਜੀ। ਪਰ ਉਹ ਸੇਫ ਆ ਜੀ ਸਾਡਾ। ਠੀਕ ਹੈ ਜੀ। ਕਿੰਨੇ ਬੰਦੇ ਆਏ ਜੀ ਅੰਦਰ? ਇਹ ਜੋ ਕੈਮਰਿਆਂ ਵੇਖਣ ਤੇ ਸਾਨੂੰ ਪਤਾ ਲੱਗਾ ਜੀ 2 ਬੰਦੇ ਆਏ ਜਿਨ੍ਹਾਂ ਨੇ ਕਾਰਵਾਈ ਪਾਈ ਆ। ਹਾਂਜੀ। ਤੇ ਬਾਅਦ ਚੋਂ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚ ਗਈ ਆ ਜੀ। ਸਾਹਮਣੇ ਚੌਕੀਦਾਰ ਸੀ, ਉਹਨੇ ਫੋਨ ਕਰਤਾ ਪੁਲਿਸ ਨੂੰ। ਅੱਛਾ ਜੀ। ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਜੀ ਇੱਕ ਬੰਦਾ ਇਹਨਾਂ ਨੇ ਫੜ ਲਿਆ। ਬੰਦੇ ਕਿੰਨੇ ਆਏ ਅੰਦਰ? 2 ਆਏ। 2 ਬੰਦੇ ਆਏ ਜੀ ਅੰਦਰ। ਇੱਕ ਫਰਾਰ ਹੋ ਗਿਆ? ਇੱਕ ਫਰਾਰ ਹੋ ਗਿਆ, ਇੱਕ ਫੜਿਆ ਗਿਆ ਜੀ। ਠੀਕ ਹੈ ਜੀ। ਤੇ ਬਾਕੀ ਗਾਂ ਜਿਹੜੀ ਪੁਲਿਸ ਕਾਰਵਾਈ ਉਹ ਚੱਲ ਰਹੀ ਆ ਜੀ। ਇਨਫੋਰਮੇਸ਼ਨ ਮਿਲੀ ਮਾਨਾਲੇ ਬੈਂਕ ਜਿਹੜੀ ਕੋਆਪਰੇਟ ਬੈਂਕ ਬ੍ਰਾਂਚ ਆ ਇਹਦੇ ਤਾਲੇ ਟੁੱਟੇ ਆ ਜੀ। ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਰਾਤ ਹੀ ਆ ਗਏ ਆ, ਤੇ ਆਉਂਦਿਆਂ 2 ਮੁੰਡੇ ਜਿਹੜੇ ਸਾਨੂੰ ਗੱਡੀਆਂ ਦੀ ਆਵਾਜ਼ ਸੁਣ ਕੇ ਜਿਹੜੇ ਭੱਜਣ ਲੱਗੇ, ਜਿਨ੍ਹਾਂ 'ਚੋਂ ਇੱਕ ਨੂੰ ਅਸੀਂ ਕਾਬੂ ਕਰ ਲਿਆ ਵਾ ਅਤੇ ਬਾਕੀ ਇੱਕ ਭੱਜ ਗਿਆ ਜੀ। ਕੀ ਹਥਿਆਰ ਸੀ ਜਿਹੜੇ ਉਹ ਬੈਂਕ ਦੇ ਅੰਦਰ ਦਾਖਲ ਹੋਏ? ਕਿਹੜੀਆਂ ਚੀਜ਼ਾਂ? ਸਾਨੂੰ ਇੱਕ ਰਾਡ ਮਿਲੀ ਹੈ ਜੀ ਅਤੇ ਇੱਕ ਪੇਚਕਸ ਮਿਲਿਆ ਜੀ। ਕਿੰਨੇ ਬੰਦੇ ਕਾਬੂ ਕੀਤੇ ਜੀ? ਇੱਕ ਬੰਦਾ ਕਾਬੂ ਕੀਤਾ ਜੀ। ਸੀ ਸੀ ਫੁਟੇਜ 'ਚ ਕਿੰਨੇ ਬੰਦੇ ਆਏ ਆਪਣੇ? ਉਹ ਸੀ ਸੀ ਫੁਟੇਜ ਵੀ ਚੈੱਕ ਕੀਤੀ, ਉਹ 'ਚ 2 ਬੰਦੇ ਬੈਂਕ ਦੇ ਅੰਦਰ ਦਾਖਲ ਹੋਏ ਆ। ਅੱਛਾ ਜੀ। ਦੱਸਿਆ ਕੁਛ ਉਹਨਾਂ ਨੇ ਜੀ? ਨਹੀਂ, ਅਜੇ ਉਹ ਨਸ਼ੇ ਦੀ ਹਾਲਤ 'ਚ ਬੰਦਾ, ਕੋਈ ਆਪਣੇ ਦਾ ਅਜੇ ਨਾਂ ਨੂੰ ਨਹੀਂ ਦੱਸਣ ਡਿਆ, ਅਜੇ ਉਹਦੇ ਕੋਈ ਕੋਸ਼ਿਸ਼ ਕਰਕੇ ਫੇਰ ਪਤਾ ਲੱਗੂਗਾ ਵੀ। ਕੋਈ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ? ਬਚਾਅ ਹੋ ਗਿਆ ਜੀ, ਬਿਲਕੁਲ ਬਚਾਅ ਹੋ ਗਿਆ ਜੀ। ਸਾਰਾ ਸੇਫ ਹੈ? ਹਾਂਜੀ ਸਰ, ਸੇਫ ਵਗੈਰਾ ਸਾਰਾ ਜੀ। ਠੀਕ ਹੈ ਸਰ। ਮਾਰਕੀਟ ਦੇ ਵਿੱਚ ਕੋਈ ਚੌਂਕੀਦਾਰ ਹੈਗਾ? ਹੈਗਾ ਜੀ ਇੱਥੇ ਅੱਡੇ 'ਤੇ, ਇਹਨਾਂ ਦੀ ਕਾਫੀ ਸਾਨੂੰ ਹੈਲਪ ਮਿਲੀ ਹੈ ਰਾਤੀ। ਇਹਨਾਂ ਨੇ ਸਾਰਾ ਚੌਂਕੀਦਾਰ ਹੋਰ ਬੰਦੇ 2-4 ਪਿੰਡ ਦੇ ਇਕੱਠੇ ਹੋ ਗਏ ਤੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਚਲੋ ਇੱਕ ਕਾਬੂ ਆਇਆ, ਇੱਕ ਭੱਜ ਗਿਆ। ਕੀ ਕਾਰਵਾਈ ਕਰ ਰਹੇ ਜੀ ਹੁਣ ਤੋਂ? ਹੁਣ ਅਸੀਂ ਆਪਣੇ ਬੈਂਕ ਮੈਨੇਜਰ ਨੇ ਉਹਨਾਂ ਦੀ ਸਟੇਟਮੈਂਟ ਲੈ ਲਈ ਆ ਤੇ FIR ਦਰਜ ਕਰਕੇ ਤੇ ਅਗਲੀ ਤਫਤੀਸ਼ ਆਪਾਂ ਜਿਹੜੀ ਆ ਕਰ ਰਹੇ ਹਾਂ। ਠੀਕ ਸਰ। ਮੁਜਰਮ ਬੈਂਕ ਦੇ ਅੰਦਰੋਂ ਕਾਬੂ ਹੋਇਆ ਕਿ ਜਾਂ ਬਾਹਰੋਂ? ਨਹੀਂ, ਬਾਹਰੋਂ ਹੋਇਆ ਜੀ, ਬਾਹਰੋਂ। ਅੱਛਾ। ਬਾਹਰੋਂ ਭੱਜਦੇ ਸਮੇਂ ਕਾਬੂ ਕੀਤਾ ਜੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।